चर्चावां बड़ियां ने कि जिहड़ियां ड्रग्स रिपोर्टां खुल्लण वालियां ने, पहलां तां 5 सालां तों खुल्लियां ही, तो हुण जे खुल्लण जा रहियां। हुण भी उम्मीद सीगी कि आ जिहड़ी हुण लेटेस्ट तरीक सीगी 15 फरवरी, उस दिन जिहड़ियां रिपोर्टां खुल्लणगियां, पर उस दिन भी जिहड़ियां रिपोर्टां खुल नहीं सकियां। पहलां तां किवें देखदे हो कि इन्ना लंबा समा लग गया इन्हां रिपोर्टां खुल्लण नूं भी? हुण उम्मीद सी 15 फरवरी नूं कि 15 फरवरी नूं रिपोर्टां खुल जाणगियां, हाले भी नहीं खुल्लियां। ਕਿਹਦੀ ਨਲਾਇਕੀ ਇਸ ਦੇ ਵਿੱਚ ਮੰਨਦੇ ਹੋ ਕਿ ਇਹ ਰਿਪੋਰਟਾਂ ਇੰਨਾ ਟਾਈਮ ਖੁੱਲੀਆਂ ਨਹੀਂ? ਜੋ ਵੱਡੇ ਮਗਰਮੱਛ ਹੁੰਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਵੀ ਸਰਕਾਰ ਨਹੀਂ ਕਰ ਪਾਉਂਦੀ, ਕੋਈ ਵੀ ਸਰਕਾਰ। ਤਾਂ ਉਦੋਂ ਕਾਂਗਰਸ ਦੀ ਸਰਕਾਰ ਸੀਗੀ, ਮੈਂ ਕਲੀਅਰ ਕਰ ਦਿੱਤਾ ਸੀ ਕਿ ਦੇਖੋ ਜੇਕਰ ਇਹਦੇ ਉੱਤੇ ਕਾਰਵਾਈ ਕਰਨੀ ਹੈ ਤਾਂ ਜਾਂ ਤਾਂ ਮੇਰੀ ਜ਼ਿੰਮੇਵਾਰੀ ਲਗਾ ਦਿਓ ਜਾਂ ਕਿਸੇ ਹੋਰ ਦੀ ਲਗਾ ਦਿਓ, ਲੇਕਿਨ ਕਾਰਵਾਈ ਜ਼ਰੂਰ ਕਰਾਓ। ਇਹ ਵੀ ਚਰਚਾਵਾਂ ਨੇ ਕਿ ਇੱਕ ਰਿਪੋਰਟ, ਤਿੰਨ ਰਿਪੋਰਟਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੀਆਂ ਕੱਟੀਆਂ ਗਈਆਂ ਨੇ, ਤਿੰਨੇ ਅਫਸਰਾਂ ਦੇ ਸਿਗਨੇਚਰ, ਤਿੰਨਾਂ ਦੇ ਸਿਗਨੇਚਰ ਨੇ। ਇੱਕ ਤੇ ਜਿਹੜੇ ਤੁਹਾਡੇ ਸਿਗਨੇਚਰ ਹੈ ਨਹੀਂ ਗਏ, ਉਹਦੇ 'ਤੇ ਸਿਰਫ ਸਿਧਾਰਥ ਚੱਟੋਪਾਧਿਆਇ ਸਾਹਿਬ ਦੇ ਆ। ਅਤੇ ਚਰਚਾਵਾਂ ਇਹ ਹੈ, ਇਹ ਸਵਾਲ ਇਹ ਉੱਠਦੇ ਆ ਕਿ ਉਸ ਡਰੱਗ ਰਿਪੋਰਟ ਦੇ ਉੱਤੇ ਤੁਹਾਡੇ ਵੱਲੋਂ ਅਤੇ ਇੱਕ ਹੋਰ ਪ੍ਰਬੋਧ ਕੁਮਾਰ ਜੀ ਵੱਲੋਂ ਕਿਉਂ ਨਹੀਂ ਜਿਹੜੇ ਉਹ ਸਾਈਨ ਕੀਤੇ? ਮੈਂ ਵੀ ਇੱਕ ਰਿਪੋਰਟ ਬਣਾਈ ਸੀ ਲੇਕਿਨ ਮੈਂ ਸਬਮਿਟ ਨਹੀਂ ਕੀਤੀ। ਠੀਕ ਹੈ, ਉਹ ਮੈਂ ਉਦੋਂ ਦੇ ਜੋ ਵੀ ਸਰਕਾਰ ਦੇ ਕਰਤਾ ਤਰਤਾ ਸੀਗੇ ਮੈਂ ਉਹਨਾਂ ਨੂੰ ਹੀ ਵਰਬਲੀ ਜਾ ਕੇ ਦੱਸ ਦਿੱਤਾ ਸੀ ਕਿ ਜੇਕਰ ਕਾਰਵਾਈ ਕਰਨਾ ਹੈ ਤਾਂ ਤੁਸੀਂ ਦੱਸੋ। ਇੱਥੇ ਤਾਂ ਜਿਹਨਾਂ ਦੇ ਖਿਲਾਫ ਐਵੀਡੈਂਸ ਹੁੰਦਾ ਹੈ ਉਹ ਲੋਕ ਵੀ ਦੇਖੋ, ਮਤਲਬ ਮੰਨ ਲਓ ਇੱਕ ਨਸ਼ੇ ਦਾ ਸੌਦਾਗਰ ਹੈ, ਵੱਡਾ ਸੌਦਾਗਰ ਪੰਜਾਬ ਲੈਵਲ ਦਾ, ਮੈਂ ਉਹਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ, ਕਦੇ ਵੀ ਮੈਂ ਨਾਂ ਨਹੀਂ ਲੈਂਦਾ। ਅਤੇ ਬਹੁਤ ਲੇਟ ਲਤੀਫੀ ਕਰਕੇ ਇਲੈਕਸ਼ਨ ਦੇ ਟਾਈਮ ਉਹਦੇ ਖਿਲਾਫ ਇੱਕ FIR ਹੋਇਆ ਅਤੇ ਬਹੁਤ ਬੈਂਡ ਵਾਜਾ ਬਣਾਇਆ, ਉਹ ਕਰਾਇਆ ਗਿਆ ਕਿ ਹਾਂ ਜੀ ਅਸੀਂ ਤਾਂ ਪਰਚਾ ਦਰਜ ਕੀਤਾ। ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਕਿਸੇ ਨੂੰ ਹੋਈ। ਪੁਲਿਸ ਦੇ ਵਿੱਚ ਕੋਈ ਦੇਖੋ ਜਾਂ STF ਜੋ ਡਰੱਗਸ ਵਾਸਤੇ ਬਣਾਈ ਗਈ ਸੀ, ਨਾ ਚਲਾਨ ਦਿੱਤਾ, ਨਾ ਕਿਸੇ ਨੇ ਪੁਲਿਸ ਰਿਮਾਂਡ ਲਿਆ, ਮਤਲਬ ਉਸ ਬੰਦੇ ਤੋਂ ਪੁੱਛਗਿੱਛ ਕਰਨ ਦੀ ਹਿੰਮਤ। ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਖੜ ਕੇ ਇਹ ਗੱਲ ਕਹੀ, ਮੈਂ 30 ਜੂਨ ਨੂੰ ਮੈਂ ਕਿਹਾ ਸਰਕਾਰ ਨੂੰ ਸਾਡੀ ਪੁਲਿਸ ਨੂੰ ਇਹ ਗੱਲ ਕਰ ਲੈਣੀ ਚਾਹੀਦੀ। ਇੱਕ ਤਾਂ ਚਲਾਨ ਦੇਣਾ ਚਾਹੀਦਾ ਸੀ, ਫਿਰ ਤੁਸੀਂ ਜਦੋਂ ਉਹਨੂੰ ਜ਼ਮਾਨਤ ਮਿਲੀ ਸੀ ਤਾਂ ਉਹਦਾ ਮੇਨ ਵਜ੍ਹਾ ਤਾਂ ਇਹ ਸੀ ਨਾ ਕਿ ਨਾ ਤਾਂ ਚਲਾਨ ਦਿੱਤਾ ਗਿਆ, ਨਾ ਹੀ ਉਹ ਪੁੱਛਗਿੱਛ ਵਾਸਤੇ ਲੋੜੀਂਦਾ ਹੈ। ਤਾਂ ਅਦਾਲਤ ਕਹੇ ਕਿ ਜੇਕਰ ਪੁਲਿਸ ਨੂੰ ਲੋੜੀਂਦਾ ਨਹੀਂ ਹੈ, ਪ੍ਰੋਸੀਕਿਊਸ਼ਨ ਵਾਸਤੇ ਲੋੜੀਂਦਾ ਨਹੀਂ ਹੈ, ਤਾਂ ਸਾਨੂੰ ਕੀ ਕਰਨਾ ਹੈ ਜੀ, ਜੇਲ੍ਹ ਦੇ ਵਿੱਚ ਰੱਖ। ਇੱਕ ਬਹੁਤ ਵੱਡਾ ਲੈਪਸ ਹੈ ਜੀ, ਬਹੁਤ ਵੱਡਾ ਲੈਪਸ ਹੈ। ਚਲਾਨ ਦੇਣ ਦੇ ਵਿੱਚ ਕੋਈ ਹਰਜ ਨਹੀਂ ਸੀਗਾ, ਰਿਮਾਂਡ 'ਤੇ ਲੈਣਾ ਚਾਹੀਦਾ ਸੀ। ਜਿਸ ਕੇਸ ਦਾ ਜ਼ਿਕਰ ਮੈਂ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਉਸ ਕੇਸ ਦੇ ਵਿੱਚ ਵੀ ਪੁੱਛਗਿੱਛ ਹੋਣੀ ਚਾਹੀਦੀ ਸੀ। ਤਾਂ ਜਿੱਧਰ ਵੀ ਅਣਗਹਿਲੀ ਹੈ ਮੈਂ ਕੋਈ ਜ਼ਿਆਦਾ ਟਿੱਕਾ ਟਿੱਪਣੀ ਨਹੀਂ ਕਰਾਂਗਾ, ਲੇਕਿਨ ਜੋ ਡਰੱਗਸ ਦਾ ਪ੍ਰਭਾਵ ਅੱਜ ਹੈ ਤਾਂ ਹੀ ਲੋਕ ਇਹ ਕਹਿ ਰਹੇ ਨੇ ਕਿ ਦੇਖੋ ਕੰਟਰੋਲ ਨਹੀਂ ਹੋ ਰਿਹਾ। ਆਮ ਦੇਖੋ ਜਨਤਾ ਤਾਂ ਇਹੀ ਕਰ ਰਹੀ ਹੈ ਕਿ ਕੰਟਰੋਲ ਨਹੀਂ ਹੋ ਰਿਹਾ, ਤਾਂ ਕੰਟਰੋਲ ਕਿਸ ਤਰ੍ਹਾਂ ਹੋਊਗਾ? ਉੱਪਰਲੇ ਲੈਵਲ ਤੋਂ ਹੋਊਗਾ, 10 ਗ੍ਰਾਮ, 20 ਗ੍ਰਾਮ, 100 ਗ੍ਰਾਮ ਵਾਲੇ ਤੁਸੀਂ ਫੜ ਫੜ ਕੇ ਅੰਦਰ ਕਰੀ ਜਾਓ, ਜਾਂ ਕਿਲੋ ਦੇ ਹਿਸਾਬ ਦੇ ਨਾਲ ਤੁਸੀਂ ਕਹੋ ਕਿ ਹਾਂ ਇੰਨਾ ਫੜ ਲਿਆ, ਲੇਕਿਨ ਵੱਡਾ ਮਗਰਮੱਛ ਜੇਕਰ ਤੁਸੀਂ ਨਹੀਂ ਫੜਦੇ ਉਹ ਵੀ ਦੇਖੋ ਇੱਕ ਕਾਰਨ ਹੁੰਦਾ ਹੈ। ਦੇਖੋ ਇਹ ਤਾਂ ਰਿਪੋਰਟ ਦੇ ਵਿੱਚ ਹੈ ਕਿ ਪੁਲਿਸ ਦੀ ਜਿਪਸੀ ਦੇ ਨਾਲ ਐਸਕੋਰਟ ਕਰਕੇ ਡਰੱਗਸ ਪਾਰ ਕਰਾਇਆ ਜਾ ਰਿਹਾ ਹੈ। ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਜੋ ਡਰੱਗਸ ਦਾ ਕਾਰੋਬਾਰ ਕਰ ਰਿਹਾ ਹੈ ਉਹ ਹਰ ਆਦਮੀ ਬਰਾਬਰ, ਉਹਦਾ ਉਹ ਸਟੇਟਸ ਨਹੀਂ ਦੇਖਣਾ ਚਾਹੀਦਾ ਹੈ ਕਿ ਇਹ ਵੱਡਾ ਆਦਮੀ ਹੈ ਜੀ, 200 ਗਨਮੈਨ ਮਿਲੇ ਨੇ। ਉਹਨਾਂ ਲੋਕਾਂ ਨੂੰ ਤਾਂ ਇੱਕ ਵੀ ਗਨਮੈਨ ਨਹੀਂ ਮਿਲਣਾ ਚਾਹੀਦਾ ਹੈ। ਆਜ ਦੇਖੋ ਪੰਜਾਬ ਦੀ ਆਵਾਮ ਦੇ ਬਾਰੇ ਤੁਸੀਂ ਸੋਚੋ, ਕੋਈ ਵੀ ਵਿਅਕਤੀ ਆਪਣੇ ਬੱਚੇ ਨੂੰ ਪੰਜਾਬ ਦੇ ਵਿੱਚ ਰੱਖ ਕੇ ਰਾਜੀ, ਤੁਸੀਂ ਰਣਜੀਤ ਐਵਨਿਊ ਚਲੇ ਜਾਓ ਅੰਮ੍ਰਿਤਸਰ ਦੇ ਵਿੱਚ ਪਾਸਪੋਰਟ ਦਫ਼ਤਰ, ਉੱਥੇ ਲਾਈਨ ਦੇਖੋ ਤੁਸੀਂ, ਜੇਕਰ 100 ਵਿਅਕਤੀ ਲਾਈਨ ਦੇ ਵਿੱਚ ਹੁੰਦੇ ਨੇ ਤਾਂ ਉਹਦੇ ਵਿੱਚ 90 ਵਿਅਕਤੀ ਕਹਾਣਗੇ ਜੀ ਬਾਹਰ ਚਲੇ ਜਾਣਾ ਹੈ। ਪਰ ਇੱਕ ਗੱਲ ਇਹ ਵੀ ਹੈ ਕਿ ਸਰਕਾਰ ਕਹਿੰਦੀ ਸੀ ਕਿ ਪੰਜਾਬੀ ਛੱਡੋ ਬੋਰੇ ਵੀ ਇੱਧਰ ਆਉਣ, ਕੰਮ 3 ਮਹੀਨੇ ਦਾ ਹੀ ਹੈ। ਮੈਂ ਤੁਹਾਨੂੰ ਇਹ ਵੀ ਕਰ ਰਿਹਾ ਕਿ ਡਰੱਗਸ ਖਤਮ ਕਰਨਾ ਹੈ ਨਾ, ਤਾਂ ਜਦੋਂ ਤੋਂ ਤੁਸੀਂ ਸ਼ੁਰੂ ਕਰੋਗੇ ਨਾ 3 ਮਹੀਨੇ ਦੇ ਵਿੱਚ ਕੰਮ ਖਤਮ ਹੋ ਜਾਣਾ ਹੈ। ਹੁਣ ਪੰਜਾਬ ਨੂੰ ਬਚਾਈਏ ਕਿਵੇਂ? ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਬਚਾਉਣ ਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਇਹਨਾਂ ਦਿਨਾਂ ਦੇ ਵਿੱਚ ਪੂਰੀਆਂ ਚਰਚਾਵਾਂ ਨੇ ਡਰੱਗਸ ਰਿਪੋਰਟਾਂ ਦੀਆਂ, ਜਿਹੜੀਆਂ ਕਿ 4 ਡਰੱਗਸ ਰਿਪੋਰਟਾਂ ਨੇ ਹਾਈ ਕੋਰਟ ਦੇ ਵਿੱਚ ਪਈਆਂ, ਉਹਨਾਂ ਦੇ ਖੁੱਲ੍ਹਣ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲ ਰਹੀਆਂ, ਅਤੇ ਹਾਈ ਕੋਰਟ ਦੇ ਵਿੱਚ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਖੁੱਲ੍ਹ ਸਕਦੀਆਂ। ਚਰਚਾਵਾਂ ਇਹ ਵੀ ਹੈ ਕਿ ਜਦੋਂ ਉਹ ਰਿਪੋਰਟਾਂ ਖੁੱਲ੍ਹਣਗੀਆਂ ਤਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ
एक तरीके का तहलका मचण वाला है। कुछ अफसर दियां ते कुछ वड्डे लीडरां दियां जिहड़ियां ओह मुश्किलातां वध सकदियां ने। उन्हां ड्रग रिपोर्टां दे संबंधी उस समय भी एक जिहड़ी है एस आई टी बनी सी, उस एस आई टी दे एक मैंबर वजों उस एस आई टी दे विच शामिल कुंवर विजय प्रताप जी साडे नाल मौजूद ने। उन्हां नाल गलबात करदे हां इन्हां ड्रग रिपोर्टां दे बारे ते अगे शुरुआत करदे हां। सर स्वागत है जी, पहला तुहाडा थैंक यू जी। थैंक यू सर। चर्चावां बड़ियां ने कि जिहड़ियां ड्रग्स रिपोर्टां खुलण वालियां ने, पहलां तां 5 सालां तों खुलियां ही ते हुण जे खुलण जा रहीआं। हुण भी उम्मीद सीगी कि आ जिहड़ी हुण लेटेस्ट तारीख सीगी 15 फरवरी नूं, उस दिन जिहड़ियां रिपोर्टां खुलणगीआं, पर उस दिन भी जिहड़ियां रिपोर्टां खुल नहीं सकीआं। पहलां तां किवें देखदे हो कि इन्ना लंबा समां लग गिआ इन्हां रिपोर्टां खुलण नूं भी? हुण उम्मीद सी 15 फरवरी नूं कि 15 फरवरी नूं रिपोर्टां खुल जाणगीआं, हाले भी नहीं खुलियां। किहदी नलायकी इस दे विच मानदे हो कि ਇਹ ਰਿਪੋਰਟਾਂ ਇੰਨਾ ਟਾਈਮ ਖੁੱਲੀਆਂ ਨਹੀਂ? ਬਾਕੀ ਗੱਲ ਆਪਾਂ ਅੱਗੇ ਚੱਲਦੇ। ਦੇਖੋ, ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਬਹੁਤ ਸਾਰੇ ਐਸਪੈਕਟਸ ਹੁੰਦੇ ਨੇ। ਇਹ 2018 ਦੇ ਵਿੱਚ ਰਿਪੋਰਟ ਸਬਮਿਟ ਕੀਤੀ ਗਈ ਸੀ, ਉਦੋਂ ਵੀ 3 ਮੈਂਬਰੀ ਐਸ ਆਈ ਟੀ ਬਣੀ ਹੋਈ ਸੀ। ਉਹ ਐਸ ਆਈ ਟੀ ਮਾਨਯੋਗ ਹਾਈ ਕੋਰਟ ਨੇ ਬਣਾਈ ਸੀ। ਉਹਦੇ ਦੇ ਵਿੱਚ ਇੱਕ ਡੀ ਜੀ ਪੀ ਚੱਟੋਪਾਧਿਆਇ ਸਾਹਿਬ ਸੀਗੇ, ਇੱਕ ਸ਼੍ਰੀ ਪ੍ਰਬੋਧ ਕੁਮਾਰ ਜੀ ਸੀਗੇ, ਇੱਕ ਮੈਂ ਸੀਗਾ ਜੀ। ਅਤੇ ਉਸ ਐਸ ਆਈ ਟੀ ਦਾ ਕੰਮ ਸੀਗਾ, ਕੁਛ ਲਿਮਿਟਿਡ ਵਰਕ ਹਾਈ ਕੋਰਟ ਨੇ ਸਾਨੂੰ ਦਿੱਤਾ ਸੀ, ਖਾਸ ਕਰਕੇ ਜੋ ਅਫਸਰਾਂ ਤੋਂ ਰਿਲੇਟਡ ਸੀਗਾ ਡਰੱਗਸ ਮਾਫੀਆ ਦੇ ਨਾਲ, ਉਹ ਸਾਡੇ ਮਤਲਬ ਸਾਡੇ ਇਨਵੈਸਟੀਗੇਸ਼ਨ ਦਾ ਸਬਜੈਕਟ ਮੈਟਰ ਸੀ। ਇਸ ਤੋਂ ਇਲਾਵਾ ਐਸ ਟੀ ਐਫ ਦੀ ਰਿਪੋਰਟ ਸੀਗੀ, ਇਸ ਤੋਂ ਇਲਾਵਾ ਵੀ ਇੱਕ ਰਿਪੋਰਟ ਸੀਗੀ। ਅਤੇ ਸਾਡੀ ਜਿਹੜੀ ਐਸ ਆਈ ਟੀ ਸੀ, ਉਸ ਐਸ ਆਈ ਟੀ ਵੱਲੋਂ 3 ਰਿਪੋਰਟਾਂ ਦਿੱਤੀਆਂ ਗਈਆਂ ਸੀਗੀਆਂ। ਅੱਛਾ। ਇੱਕ ਮੈਨੂੰ ਜਿੱਥੇ ਤੱਕ ਯਾਦ ਹੈ 1 ਫਰਵਰੀ ਨੂੰ, ਫਿਰ 15 ਮਾਰਚ ਨੂੰ, ਫਾਈਨਲ ਰਿਪੋਰਟ 8 ਮਈ ਨੂੰ 2018 ਦੇ ਵਿੱਚ। ਹੁਣ ਡਿਲੇ ਕਿਸ ਤਰ੍ਹਾਂ ਹੋਇਆ ਮੈਨੂੰ ਉਸ ਬਾਰੇ ਬਿਲਕੁਲ ਪਤਾ ਨਹੀਂ ਹੈ, ਕਿਉਂਕਿ ਰਿਪੋਰਟ ਸਬਮਿਟ ਕਰਨ ਤੋਂ ਬਾਅਦ ਅਸੀਂ ਉਸ ਚੀਜ਼ ਨੂੰ ਪਰਸੂ ਨਹੀਂ ਕੀਤਾ। ਬਾਅਦ ਦੇ ਵਿੱਚ ਤਾਂ ਚਲੋ ਮੈਂ ਨੌਕਰੀ ਤੋਂ ਰਿਜ਼ਾਈਨ ਕਰ ਦਿੱਤਾ ਸੀ। ਸਾਡੇ ਵੱਲੋਂ 3 ਰਿਪੋਰਟ ਦਿੱਤੀ ਗਈ ਹੈ, ਬਾਰ ਬਾਰ ਇੱਕ ਰਿਪੋਰਟ ਦੀ ਚਰਚਾ ਆਉਂਦੀ ਹੈ। ਹਾਂ, ਜਿਹੜੀ ਸੁਧਾਰ ਚੱਟੋਪਾਧਿਆਇ ਨੇ ਕਿਹਾ ਹਾਂ ਕਿ ਉਹਨਾਂ ਨੇ ਇੱਕ ਬੱਕਰੀ ਰਿਪੋਰਟ ਦਿੱਤੀ ਸੀ, ਤਾਂ ਮੈਂ ਕਲੀਅਰ ਕਰਦਾ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਇਹ ਕਿਹਾ ਸੀ ਕੋਈ ਮੈਂਬਰ ਆਪਣੇ ਵੱਲੋਂ ਵੀ ਕੋਈ ਆਬਜ਼ਰਵੇਸ਼ਨ ਦੇਣਾ ਚਾਹੁੰਦਾ ਹੈ ਤਾਂ ਉਹ ਦੇ ਸਕਦਾ ਹੈ। ਮੈਂ ਵੀ ਇੱਕ ਰਿਪੋਰਟ ਬਣਾਈ ਸੀ, ਲੇਕਿਨ ਮੈਂ ਸਬਮਿਟ ਨਹੀਂ ਕੀਤੀ। ਠੀਕ ਹੈ, ਉਹ ਮੈਂ ਉਦੋਂ ਦੇ ਜੋ ਵੀ ਸਰਕਾਰ ਦੇ ਕਰਤਾ ਤਰਤਾ ਸੀਗੇ ਮੈਂ ਉਹਨਾਂ ਨੂੰ ਹੀ ਵਰਬਲੀ ਜਾ ਕੇ ਦੱਸ ਦਿੱਤਾ ਸੀ ਕਿ ਜੇਕਰ ਕਰਵਾਈ ਕਰਨਾ ਹੈ ਤਾਂ ਤੁਸੀਂ ਦੱਸੋ, ਮੈਂ ਕਰ ਦੇਵਾਂਗਾ ਜਾਂ ਕਿਸੇ ਹੋਰ ਦੇ ਰਾਹੀਂ ਕਰਵਾ ਲਓ। ਸਾਨੂੰ ਵੀ ਪਤਾ ਹੈ ਕਿ ਦੇਖੋ ਜੋ ਵੱਡੇ ਮਗਰਮੱਛ ਹੁੰਦੇ ਨੇ ਉਹਨਾਂ ਦੇ ਖਿਲਾਫ਼ ਕਾਰਵਾਈ ਕੋਈ ਵੀ ਸਰਕਾਰ ਨਹੀਂ ਕਰ ਪਾਉਂਦੀ ਹੈ ਜੀ, ਕੋਈ ਵੀ ਸਰਕਾਰ। ਤਾਂ ਉਦੋਂ ਕਾਂਗਰਸ ਦੀ ਸਰਕਾਰ ਸੀਗੀ, ਮੈਂ ਕਲੀਅਰ ਕਰ ਦਿੱਤਾ ਸੀ ਕਿ ਦੇਖੋ ਜੇਕਰ ਇਹਦੇ ਉੱਤੇ ਕਾਰਵਾਈ ਕਰਨੀ ਹੈ ਤਾਂ ਜਾਂ ਤਾਂ ਮੇਰੀ ਜ਼ਿੰਮੇਵਾਰੀ ਲਗਾ ਦਿਉ ਜਾਂ ਕਿਸੇ ਹੋਰ ਦੀ ਲਗਾ ਦਿਉ, ਲੇਕਿਨ ਕਾਰਵਾਈ ਜ਼ਰੂਰ ਕਰਾਓ। ਅਤੇ ਇਹ ਪਤਾ ਲੱਗਿਆ ਕਿ ਚੱਟੋਪਾਧਿਆਇ ਸਾਹਿਬ ਨੇ ਵੀ ਇੱਕ ਵੱਖਰੀ ਰਿਪੋਰਟ ਆਪਣੀ ਦਿੱਤੀ ਸੀ, ਤਾਂ ਉਸੇ ਲਿਫਾਫੇ ਦੇ ਵਿੱਚ ਪਾ ਦਿੱਤੀ ਸੀ। ਹੁਣ ਦੇਖੋ, ਸਾਨੂੰ ਉਸ ਰਿਪੋਰਟ ਦੇ ਬਾਰੇ ਪਤਾ ਨਹੀਂ ਹੈ, ਨਾ ਹੀ ਚੱਟੋਪਾਧਿਆਇ ਸਾਹਿਬ ਨੇ ਸਾਡੇ ਨਾਲ ਕੋਈ ਜ਼ਿਕਰ ਕੀਤਾ। ਮੈਂ ਇਸ ਵਿਸ਼ੇ 'ਤੇ ਤੁਹਾਨੂੰ ਸਵਾਲ ਕਰ ਦੇਵਾਂ ਤਾਂ ਕਰਦੋ ਸਮਝ ਲੱਗ ਜਾਵੇ, ਕਿਉਂਕਿ ਇਹ ਵੀ ਚਰਚਾਵਾਂ ਨੇ ਕਿ ਇੱਕ ਰਿਪੋਰਟ 3 ਰਿਪੋਰਟਾਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੀਆਂ ਤਿੰਨੇ ਅਫਸਰਾਂ ਦੇ ਤਿੰਨਾਂ ਦੇ ਸਿਗਨੇਚਰ ਨੇ। ਇੱਕ ਤੇ ਜਿਹੜੇ ਤੁਹਾਡੇ ਸਿਗਨੇਚਰ ਹੈ ਨਹੀਂ ਗੇ, ਉਹਦੇ 'ਤੇ ਸਿਰਫ ਸਿਧਾਰਥ ਚੱਟੋਪਾਧਿਆਇ ਸਾਹਿਬ ਦੇ ਆ। ਅਤੇ ਚਰਚਾਵਾਂ ਇਹ ਹੈ, ਸਵਾਲ ਇਹ ਉੱਠਦੇ ਆ ਕਿ ਉਸ ਡਰੱਗ ਰਿਪੋਰਟ ਦੇ ਉੱਤੇ ਤੁਹਾਡੇ ਵੱਲੋਂ ਅਤੇ ਇੱਕ ਹੋਰ ਪ੍ਰਬੋਧ ਕੁਮਾਰ ਜੀ ਵੱਲੋਂ ਕਿਉਂ ਨਹੀਂ ਜਿਹੜੇ ਉਹ ਸਾਈਨ ਕੀਤੇ ਗਏ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਸੀਗੀ। ਜੇਕਰ ਮੰਨ ਲਓ ਕੋਈ ਇਸ ਤਰ੍ਹਾਂ ਦੀ ਗੱਲ ਸੀਗੀ ਤਾਂ ਉਹ ਤੀਸਰੀ ਰਿਪੋਰਟ ਦੇ ਵਿੱਚ ਹੀ ਰੱਖੀ ਜਾ ਸਕਦੀ ਸੀ। ਮੰਨ ਲਓ ਚੱਟੋਪਾਧਿਆਇ ਸਾਹਿਬ ਨੇ ਕੁਛ ਹੋਰ ਵੀ ਮਤਲਬ ਲਿਖਣਾ ਸੀ ਜਾਂ ਰਿਪੋਰਟ ਕਰਨੀ ਸੀ ਤਾਂ ਜੋ ਫਾਈਨਲ ਰਿਪੋਰਟ ਸੀਗੀ ਉਹਦੇ ਵਿੱਚ ਰੱਖ ਸਕਦੇ ਸੀ, ਸਾਰਿਆਂ ਦਾ ਸਿਗਨੇਚਰ ਹੋ ਜਾਣਾ ਸੀ। ਲੇਕਿਨ ਜੇਕਰ ਕੋਈ ਪਾਰਟੀਕੁਲਰ ਇੱਕ ਮੈਂਬਰ ਕੁਛ ਆਪਣੇ ਵੱਲੋਂ ਕਹਿਣਾ ਚਾਹੁੰਦਾ ਹੈ ਤਾਂ ਉਹਨਾਂ ਦੀ ਨਿੱਜੀ ਰਾਏ ਸੀਗੀ, ਨਾ ਹੀ ਸਾਡੇ ਕੋਲ ਕੋਈ ਰਿਪੋਰਟ ਆਈ। ਚੱਟੋਪਾਧਿਆਇ ਸਾਹਿਬ ਨੇ ਕੋਈ ਇਸ ਤਰ੍ਹਾਂ ਦੀ ਚੌਥੀ ਰਿਪੋਰਟ ਸਾਡੇ ਸਾਹਮਣੇ ਨਹੀਂ ਰੱਖੀ ਕਿ ਅਸੀਂ ਇਨਕਾਰ ਕਰ ਦਿੱਤਾ, ਜੋ ਮੈਂ ਵੀ ਸੋਸ਼ਲ ਮੀਡੀਆ 'ਤੇ ਕਈਆਂ ਨੂੰ ਮਤਲਬ ਬੋਲਦੇ ਹੋਏ ਮੈਂ ਸੁਣਿਆ ਸੀ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਰਿਪੋਰਟ ਹੋਵੇ ਜੋ ਸਾਡੇ ਸਾਹਮਣੇ ਆਈ ਹੋਵੇ ਅਤੇ ਅਸੀਂ ਇਨਕਾਰ ਕੀਤਾ ਹੋਵੇ, ਇਸ ਤਰ੍ਹਾਂ ਦੀ ਕੋਈ ਰਿਪੋਰਟ ਹੈ ਨਹੀਂ। ਉਹ ਉਹਨਾਂ ਦੀ ਨਿੱਜੀ ਰਿਪੋਰਟ ਸੀਗੀ, ਨਿੱਜੀ ਤੌਰ 'ਤੇ ਉਹਨਾਂ ਨੇ ਬੰਦ ਲਿਫਾਫਾ ਦੇ ਵਿੱਚ
ਸਬਮਿਟ ਕੀਤਾ ਸੀ ਤੁਹਾਡੇ ਵੱਲੋਂ ਇੱਕ ਫਾਈਨਲ ਰਿਪੋਰਟ ਤੀਜੀ ਹੋਈ ਸੀ ਚੌਥੀ ਉਹਨਾਂ ਨੇ ਆਪਣੇ ਦੇਖੋ 1 2 3 ਜੇਕਰ ਮੰਨ ਲਓ ਸਾਂਝੀ ਰਿਪੋਰਟ ਹੁੰਦੀ ਤਾਂ ਸਾਂਝਾ ਹੀ ਆ ਜਾਣਾ ਸੀ ਉਹਦੇ ਵਿੱਚ ਬਿਲਕੁਲ ਨਹੀਂ ਸਮਝੇ ਤਾਂ ਉਹ ਕੋਈ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਚੀਜ਼ ਹੋਵੇ ਉਹ ਸਾਡੇ ਨਾਲ ਨਹੀਂ ਡਿਸਕਸ ਮਤਲਬ ਕਰਨੀ ਚਾਹੁੰਦੇ ਹੋਣ ਤਾਂ ਉਹਨਾਂ ਨੇ ਉਹ ਵੱਖਰੇ ਤੌਰ ਤੇ ਦਿੱਤੀ ਸਾਨੂੰ ਵੀ ਪਤਾ ਉਦੋਂ ਵੀ ਲੱਗਿਆ ਸੀ ਕਿ ਉਹ ਵੱਖਰੀ ਰਿਪੋਰਟ ਵੀ ਤਿਆਰ ਹੋ ਰਹੀ ਹੈ ਲੇਕਿਨ ਜੇਕਰ SIT ਦੇ ਮੈਂਬਰਾਂ ਦੇ ਨਾਲ ਡਿਸਕਸ ਹੀ ਨਹੀਂ ਹੋਊਗਾ ਤਾਂ ਉਹ ਕਿਸ ਤਰੀਕੇ ਦੇ ਨਾਲ ਮਤਲਬ ਅਸੀਂ ਕਿਉਂਕਿ ਅਸੀਂ ਮੰਨ ਲਓ ਉਹ ਅਫਸਰਾਂ ਦੀ ਆਪਸ ਦੇ ਵਿੱਚ ਜੋ ਕੁਛ ਵੀ ਸੀਗਾ ਉਸ ਤੋਂ ਰਿਲੇਟਡ ਸੀਗਾ ਜੋ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਤਾਂ ਮੰਨ ਲਓ ਕਿਸੇ ਦੇ ਬਾਰੇ ਰਿਪੋਰਟ ਬਣਾਉਣੀ ਹੈ ਤਾਂ ਰਿਪੋਰਟ ਬਣਾਉਣ ਤੋਂ ਪਹਿਲਾਂ ਉਸ ਅਫਸਰ ਨੂੰ ਸ਼ਾਮਿਲ ਪੜਤਾਲ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਆਈ ਨਹੀਂ ਤਾਂ ਉਹਨਾਂ ਨੇ ਆਪਣੀ ਰਿਪੋਰਟ ਜੇਕਰ ਦਿੱਤੀ ਹੈ ਆਪਣਾ ਓਬਜ਼ਰਵੇਸ਼ਨ ਉਹ ਰਿਪੋਰਟ ਨਹੀਂ ਹੈ ਰਿਪੋਰਟ ਉਹ ਹੁੰਦੀ ਹੈ ਜੋ ਕਿ ਤੁਸੀਂ ਪੜਤਾਲ ਕਰਕੇ ਰਿਪੋਰਟ ਕਰਦੇ ਹੋ ਉਹ ਓਬਜ਼ਰਵੇਸ਼ਨ ਹੈ ਉਹਨਾਂ ਦਾ ਜੋ ਹਾਲਾਂਕਿ ਮੈਂ ਦੇਖੀ ਨਹੀਂ ਹੈ ਰਿਪੋਰਟ ਜੇਕਰ ਮੰਨ ਲਓ ਉਹ ਸਾਡੇ ਸਾਹਮਣੇ ਆਊਗਾ ਤਾਂ ਹੀ ਪਤਾ ਲੱਗੂਗਾ ਨਾ ਪਤਾ ਸਾਨੂੰ ਇਹ ਲੱਗਿਆ ਕਿ ਹਾਂ ਉਹਨਾਂ ਨੇ ਆਪਣਾ ਕੁਛ ਓਬਜ਼ਰਵੇਸ਼ਨ ਦਿੱਤਾ ਹੈ ਜਿਸ ਤਰੀਕੇ ਦੇ ਨਾਲ ਮੈਂ ਕਿਹਾ ਕਿ ਮੈਂ ਵੀ ਆਪਣਾ ਇੱਕ ਓਬਜ਼ਰਵੇਸ਼ਨ ਬਣਾਇਆ ਸੀ ਲੇਕਿਨ ਉਹ ਉਹਦੇ ਵਿੱਚ ਸਬਮਿਟ ਨਹੀਂ ਕੀਤਾ ਕਿਉਂਕਿ ਉਹ ਉਸ ਤੋਂ ਰਿਲੇਟਡ ਨਹੀਂ ਮਤਲਬ ਉਹਦਾ ਹਿੱਸਾ ਨਹੀਂ ਸੀ ਸਬਜੈਕਟ ਮੈਟਰ ਦਾ ਹਿੱਸਾ ਨਹੀਂ ਸੀ ਰਿਲੇਟਡ ਜ਼ਰੂਰ ਸੀਗਾ ਤਾਂ ਸਰਕਾਰ ਨੂੰ ਮੈਂ ਦੱਸ ਦਿੱਤੀ ਸੀ ਗੱਲ ਕਿ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਤੁਸੀਂ ਚਾਹੋ ਇਨਕੁਆਇਰੀ ਕਰਾਓ ਨਾ ਕਰਾਓ ਅਤੇ ਇੱਥੇ ਤਾਂ ਜਿਨ੍ਹਾਂ ਦੇ ਖਿਲਾਫ਼ ਐਵੀਡੈਂਸ ਹੁੰਦਾ ਹੈ ਉਹ ਲੋਕ ਵੀ ਦੇਖੋ ਮਤਲਬ ਮੰਨ ਲਓ ਇੱਕ ਨਸ਼ੇ ਦਾ ਸੌਦਾਗਰ ਹੈ ਜੀ ਵੱਡਾ ਸੌਦਾਗਰ ਪੰਜਾਬ ਲੈਵਲ ਦਾ ਮੈਂ ਉਹਦਾ ਵੀ ਨਾਂ ਨਹੀਂ ਲੈਣਾ ਚਾਹੁੰਦਾ ਕਦੇ ਵੀ ਮੈਂ ਨਾਂ ਨਹੀਂ ਲੈਂਦਾ ਅਤੇ ਬਹੁਤ ਲੇਟ ਲਤੀਫੀ ਕਰਕੇ ਇਲੈਕਸ਼ਨ ਦੇ ਟਾਈਮ ਉਹਦੇ ਖਿਲਾਫ਼ ਇੱਕ FIR ਹੋਇਆ ਅਤੇ ਬਹੁਤ ਬੈਂਡ ਬਾਜਾ ਬਣਾਇਆ ਉਹ ਕਰਾਇਆ ਗਿਆ ਕਿ ਹਾਂ ਜੀ ਅਸੀਂ ਤਾਂ ਪਰਚਾ ਦਰਜ ਕੀਤਾ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਕਿਸੇ ਨੂੰ ਹੋਈ ਤਾਂ ਉਸ ਬੰਦੇ ਨੂੰ ਅਦਾਲਤ ਦੇ ਵਿੱਚ ਆਤਮ ਸਮਰਪਣ ਕਰਨਾ ਪਿਆ ਕਿਉਂਕਿ ਉਹਦੀ ਬੇਲ ਬਾਅਦ ਦੇ ਵਿੱਚ ਰਿਜੈਕਟ ਹੋਈ ਸੀਗੀ ਚਲੋ ਉਹਦੀ ਗ੍ਰਿਫਤਾਰੀ ਹੋ ਗਈ 10 ਅਗਸਤ ਨੂੰ ਉਹਦੀ ਜ਼ਮਾਨਤ ਵੀ ਹੋ ਗਈ ਪੁਲਿਸ ਦੇ ਵਿੱਚ ਕੋਈ ਦੇਖੋ ਜਾਂ STF ਜੋ ਡਰੱਗਸ ਵਾਸਤੇ ਬਣਾਈ ਗਈ ਸੀ ਨਾ ਚਲਾਨ ਦਿੱਤਾ ਨਾ ਕਿਸੇ ਨੇ ਪੁਲਿਸ ਰਿਮਾਂਡ ਲਿਆ ਮਤਲਬ ਉਸ ਬੰਦੇ ਤੋਂ ਪੁੱਛਗਿੱਛ ਕਰਨ ਦੀ ਹਿੰਮਤ ਤੁਸੀਂ ਵਿਧਾਨ ਸਭਾ ਦੇ ਵਿੱਚ ਵੀ ਖੜ ਕੇ ਇਹ ਗੱਲ ਕਹੀ ਮੈਂ 30 ਜੂਨ ਨੂੰ ਮੈਂ ਕਿਹਾ ਸੀ ਸਰਕਾਰ ਨੂੰ ਸਾਡੀ ਪੁਲਿਸ ਨੂੰ ਇਹ ਗੱਲ ਕਰ ਲੈਣੀ ਚਾਹੀਦੀ ਹੈ ਪਰ ਉਦੋਂ ਵੀ ਅੱਧ ਵੀ ਨਹੀਂ ਹੋਈ ਇੱਕ ਤਾਂ ਚਲਾਨ ਦੇਣਾ ਚਾਹੀਦਾ ਸੀ ਫਿਰ ਤੁਸੀਂ ਜਦੋਂ ਉਹਨੂੰ ਜ਼ਮਾਨਤ ਮਿਲੀ ਸੀ ਤਾਂ ਉਹਦਾ ਮੇਨ ਵਜ੍ਹਾ ਤਾਂ ਇਹੀ ਸੀ ਨਾ ਕਿ ਨਾ ਤਾਂ ਚਲਾਨ ਦਿੱਤਾ ਗਿਆ ਨਾ ਹੀ ਉਹ ਪੁੱਛਗਿੱਛ ਵਾਸਤੇ ਲੋੜੀਂਦਾ ਹੈ ਤਾਂ ਅਦਾਲਤ ਕਹੇ ਕਿ ਜੇਕਰ ਪੁਲਿਸ ਨੂੰ ਲੋੜੀਂਦਾ ਨਹੀਂ ਹੈ ਪ੍ਰੋਸੀਕਿਊਸ਼ਨ ਵਾਸਤੇ ਲੋੜੀਂਦਾ ਨਹੀਂ ਹੈ ਤਾਂ ਸਾਨੂੰ ਕੀ ਕਰਨਾ ਹੈ ਜੀ ਜੇਲ੍ਹ ਦੇ ਵਿੱਚ ਰੱਖ ਕੇ ਉਦੋਂ ਜੁਡੀਸ਼ੀਅਲ ਕਸਟਡੀ ਕਿਹਾ ਜਾਂਦਾ ਕਿ ਅਸੀਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਕਿਉਂ ਰੱਖੀਏ ਜੇਕਰ ਪੁਲਿਸ ਨੂੰ ਹੀ ਲੋੜੀਂਦਾ ਨਹੀਂ ਹੈ ਜੇਕਰ ਪੁਲਿਸ ਨੇ ਚਲਾਨ ਨਹੀਂ ਦੇਣਾ ਹੈ ਤਾਂ ਜੁਡੀਸ਼ੀਅਲ ਕਸਟਡੀ ਕਿਸ ਚੀਜ਼ ਦੀ ਤਾਂ ਇਸ ਗਰਾਊਂਡ 'ਤੇ ਉਸਦੀ ਜ਼ਮਾਨਤ ਹੋਈ ਸੀਗੀ ਔਰ ਇੱਕ ਤਰੀਕੇ ਦੇ ਨਾਲ ਦੇਖੋ ਉਹ ਵੀ ਇੱਕ ਬਹੁਤ ਵੱਡਾ ਲੈਪਸ ਹੈ ਜੀ ਬਹੁਤ ਵੱਡਾ ਲੈਪਸ ਹੈ ਚਲਾਨ ਦੇਣ ਦੇ ਵਿੱਚ ਕੋਈ ਹਰਜ ਨਹੀਂ ਸੀਗਾ ਰਿਮਾਂਡ 'ਤੇ ਲੈਣਾ ਚਾਹੀਦਾ ਸੀ ਜਿਸ ਕੇਸ ਦਾ ਜ਼ਿਕਰ ਮੈਂ ਵਿਧਾਨ ਸਭਾ ਦੇ ਵਿੱਚ ਕੀਤਾ ਸੀ ਉਸ ਕੇਸ ਦੇ ਵਿੱਚ ਵੀ ਪੁੱਛਗਿੱਛ ਹੋਣੀ ਚਾਹੀਦੀ ਸੀ ਤਾਂ ਜਿੱਧਰ ਵੀ ਅਣਗਹਿਲੀ ਹੈ ਮੈਂ ਕੋਈ ਜ਼ਿਆਦਾ ਟਿੱਕਾ ਟਿੱਪਣੀ ਨਹੀਂ ਕਰਾਂਗਾ ਲੇਕਿਨ ਜੋ ਡਰੱਗਸ ਦਾ ਪ੍ਰਭਾਵ ਅੱਜ ਹੈ ਤਾਂ ਹੀ ਲੋਕ ਇਹ ਕਹਿ ਰਹੇ ਨੇ ਕਿ ਦੇਖੋ ਕੰਟਰੋਲ ਨਹੀਂ ਹੋ ਰਿਹਾ ਹੈ ਆਮ ਦੇਖੋ ਜਨਤਾ ਤਾਂ ਇਹੀ ਕਰ ਰਹੀ ਹੈ ਕਿ ਕੰਟਰੋਲ ਨਹੀਂ ਹੋ ਰਿਹਾ ਹੈ ਤਾਂ ਕੰਟਰੋਲ ਕਿਸ ਤਰ੍ਹਾਂ ਹੋਊਗਾ ਉੱਪਰਲੇ ਲੈਵਲ ਤੋਂ ਹੋਊਗਾ 10 ਗ੍ਰਾਮ 20 ਗ੍ਰਾਮ 100 ਗ੍ਰਾਮ ਵਾਲੇ ਤੁਸੀਂ ਫੜ ਫੜ ਕੇ ਅੰਦਰ ਕਰੀ ਜਾਓ ਜਾਂ ਕਿਲੋ ਦੇ ਹਿਸਾਬ ਦੇ ਨਾਲ ਤੁਸੀਂ ਕਹੋ ਕਿ ਹਾਂ ਇੰਨਾ ਫੜ ਲਿਆ ਲੇਕਿਨ ਵੱਡਾ ਮਗਰਮੱਛ ਜੇਕਰ ਤੁਸੀਂ ਨਹੀਂ ਫੜਦੇ ਉਹ ਵੀ ਦੇਖੋ ਇੱਕ ਕਾਰਨ ਹੁੰਦਾ ਹੈ ਕਿ ਮੰਨ ਲਓ 100 ਕਿਲੋ ਹੈਰੋਇਨ ਆ ਗਈ ਬਾਰਡਰ ਪਾਰ ਤੋਂ ਜਾਂ ਗੁਜਰਾਤ ਦੇ ਬਾਰਡਰ ਦੇ ਰਾਹੀਂ ਆ ਗਈ ਠੀਕ ਹੈ ਲੇਕਿਨ ਉਹ ਕਿਸ ਦਾ ਸੀਗਾ ਦੋ ਵਿਅਕਤੀ ਹੁੰਦੇ ਨੇ ਇੱਕ ਜੋ ਉਧਰੋਂ ਭੇਜ ਰਿਹਾ ਹੈ ਇੱਕ ਜੋ ਇੱਧਰ ਮੰਗਾ ਰਿਹਾ ਹੈ ਜੋ ਵਿਚਕਾਰਲਾ ਬੰਦਾ ਹੈ ਨਾ ਜੀ ਉਹ ਤਾਂ ਕੁਰੀਅਰ ਹੁੰਦਾ ਹੈ ਜੀ ਉਹਨੂੰ ਤਾਂ ਬਸ ਥੋੜ੍ਹਾ ਬਹੁਤ ਪੈਸਾ ਮਿਲ ਜਾਂਦਾ ਹੈ ਤਾਂ ਨਾ ਇੱਧਰ ਦਾ ਬੰਦਾ ਫੜਿਆ ਜਾਂਦਾ ਹੈ ਨਾ ਉਧਰ ਦਾ ਮਗਰਮੱਛ ਨਹੀਂ ਫੜੇ ਜਾਂਦੇ ਤਾਂ ਇਸ ਕਰਕੇ ਦੇਖੋ ਇਸ ਚੀਜ਼ ਦੇ ਉੱਤੇ ਕਾਬੂ ਕਰਨਾ ਕਾਫ਼ੀ ਔਖਾ ਕੰਮ ਹੈ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਔਖਾ ਨਹੀਂ ਹੈ ਲੇਕਿਨ ਇਹਨਾਂ ਹਾਲਾਤਾਂ ਦੇ ਵਿੱਚ ਦੇਖੋ ਔਖਾ ਹੈ ਜਦੋਂ ਪੁਲਿਸ ਨੇ ਕਿਸੇ ਦੇ ਨਾਲ ਪੁੱਛਗਿੱਛ ਹੀ ਨਹੀਂ ਕਰਨੀ ਹੈ ਜਦਕਿ ਸਿੱਧਾ ਸਿੱਧਾ ਐਵੀਡੈਂਸ ਹੈ ਸਬੂਤ ਹੈ ਪੁਲਿਸ ਨੇ ਚਲਾਨ ਹੀ ਨਹੀਂ ਦੇਣਾ ਹੈ ਤਾਂ ਤੁਸੀਂ ਕਿਸ ਤਰ੍ਹਾਂ ਉਮੀਦ ਕਰ ਸਕਦੇ ਹੋ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਰਿਪੋਰਟ ਹੈ ਕਿ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਅਨਅਫੀਸ਼ੀਅਲ ਸੀ ਹਾਲਾਂਕਿ ਅਨਅਫੀਸ਼ੀਅਲ ਕੁਛ ਵੀ ਨਹੀਂ ਹੁੰਦਾ ਹੈ ਜੀ ਸਰਕਾਰ ਚਾਹੁੰਦੀ ਕਹਿੰਦੇ ਕਿ 3 ਰਿਪੋਰਟਾਂ ਖੁੱਲ੍ਹ ਜਾਣ ਚੌਥੀ ਰਿਪੋਰਟ ਖੁੱਲ੍ਹਣ 'ਤੇ ਥੋੜ੍ਹਾ ਇਤਰਾਜ਼ ਹੈ
ਤਾਂ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਤਿੰਨ ਰਿਪੋਰਟਾਂ ਜੇ ਖੁੱਲ੍ਹ ਜਾਂਦੀਆਂ ਜਿਹੜੀ ਕਿਉਂਕਿ ਤੁਸੀਂ ਸਾਰਿਆਂ ਨੇ ਇਕੱਠੇ ਸਾਂਝੇ ਤੌਰ 'ਤੇ ਰਿਪੋਰਟਾਂ ਦਿੰਦੀ ਆ ਉਹਦੇ 'ਤੇ ਤਾਂ ਚਲੋ ਅੱਗੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਵੱਖਰੀ ਗੱਲ ਹੈ ਸਰਕਾਰ ਨੂੰ ਕਿਉਂ ਇਤਰਾਜ਼ ਹੈ ਜੀ ਸਰਕਾਰ ਨੂੰ ਤਾਂ ਚਾਹੀਦਾ ਸੀ ਕਿ ਉਹ ਐਪਲੀਕੇਸ਼ਨ ਦੇ ਕੇ ਸਰਕਾਰ ਲੈ ਲਵੇ ਕੀ ਹੈ ਜੀ ਅਸੀਂ ਵੀ ਵੇਖਣਾ ਚਾਹੁੰਦੇ ਹਾਂ ਉਸ ਜਿਹੜੀ ਤੁਸੀਂ ਕਿਹਾ ਕਿ ਨਿੱਜੀ ਆਬਜ਼ਰਵੇਸ਼ਨ ਹੈ ਉਹਨਾਂ ਦੀ ਉਹਦੇ 'ਤੇ ਵੀ ਕੋਈ ਕਾਰਵਾਈ ਹੋ ਸਕਦੀ ਨਹੀਂ ਦੇਖੋ ਜੇਕਰ ਮੰਨ ਲਓ ਉਹਨਾਂ ਨੇ ਕੋਈ ਆਪਣਾ ਆਬਜ਼ਰਵੇਸ਼ਨ ਦੇ ਦਿੱਤਾ ਤਾਂ ਕੁਛ ਫੈਕਟਸ ਤਾਂ ਰੱਖਿਆ ਨਹੀਂ ਚਲੋ ਸਾਡੇ ਨਾਲ ਉਹਨਾਂ ਨੇ ਸਾਂਝੀ ਨਹੀਂ ਕੀਤੀ ਜਾਂ ਸਾਂਝੀ ਕਰਨਾ ਉਹ ਉਚਿਤ ਨਹੀਂ ਸਮਝੇ ਲੇਕਿਨ ਉਹਦੇ ਵਿੱਚ ਫੈਕਟਸ ਤਾਂ ਹੈ ਨਾ ਜੀ ਤਾਂ ਫੈਕਟਸ ਨੂੰ ਤਾਂ ਵੈਰੀਫਾਈ ਕੀਤਾ ਹੀ ਜਾ ਸਕਦਾ ਹੈ ਨਾ ਕਿ ਜੋ ਉਹ ਚੀਜ਼ ਲਿਖ ਰਹੇ ਨੇ ਕਿ ਉਹਦੇ ਵਿੱਚ ਕੋਈ ਸੱਚਾਈ ਹੈ ਕਿ ਨਹੀਂ ਹੈ ਸੱਚਾਈ ਹੈ ਤਾਂ ਕਾਰਵਾਈ ਕਰੋ ਸੱਚਾਈ ਨਹੀਂ ਹੈ ਛੱਡੋ ਉਹਨਾਂ ਦੇ ਖਿਲਾਫ਼ ਕਾਰਵਾਈ ਕਰੋ ਠੀਕ ਹੈ ਕਿ ਨਹੀਂ ਜੀ ਹੈ ਹਰ ਸਵਾਰੀ ਆਪਣੇ ਸਮਾਨ ਦਾ ਖੁਦ ਜ਼ਿੰਮੇਵਾਰ ਹੁੰਦੀ ਹੈ ਜੀ ਜੇਕਰ ਸੱਚਾਈ ਹੈ ਠੀਕ ਹੈ ਤਾਂ ਉਸ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕਰੋ ਜੇਕਰ ਸੱਚਾਈ ਨਹੀਂ ਹੈ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਜਿਹੜਾ ਤੁਸੀਂ ਵਿਧਾਨ ਸਭਾ ਦੇ ਵਿੱਚ ਗੱਲ ਕੀਤੀ ਸੀ ਕਿ ਨਸ਼ੇ ਦੇ ਸੌਦਾਗਰ ਦੀ ਗੱਲ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਉਸ ਨਸ਼ੇ ਦੇ ਸੌਦਾਗਰ ਨੂੰ ਮੈਂ ਅਨਵਰ ਮਸੀਹ ਵਾਲੇ ਕੇਸ ਦੀ ਗੱਲ ਕੀਤੀ ਮਸੀਹ ਵਾਲੇ ਕੇਸ ਦੇ ਵਿੱਚ ਨਾਮਜ਼ਦ ਕਰਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਕਿ ਉਹ ਹੁਣ ਵੀ ਹੋ ਸਕਦੀ ਹੈ ਵੈਸੇ ਤਾਂ ਉਹ ਲੇਟ ਹੋ ਚੁੱਕਿਆ ਤੁਸੀਂ ਆਵਾਜ਼ ਚੁੱਕੀ ਨੂੰ ਵੀ ਕੰਮ ਨਹੀਂ ਦੇਖੋ ਜੇਕਰ ਕੋਈ ਕਸਟਡੀ ਦੇ ਵਿੱਚ ਹੈ ਤਾਂ ਕਸਟਡੀ ਦੇ ਵਿੱਚ ਹੈ ਉਦੋਂ ਉਹਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣਾ ਸੌਖਾ ਕੰਮ ਹੈ ਹੁਣ ਨਵਾਂ ਤੁਸੀਂ ਮਤਲਬ ਉਹਦੇ ਵਿੱਚ ਨਾਮਜ਼ਦ ਕਰੋ ਫਿਰ ਉਹਨੂੰ ਗ੍ਰਿਫਤਾਰ ਕਰੋ ਤਾਂ ਦੇਖੋ ਹੋ ਤਾਂ ਸਕਦਾ ਹੈ ਲੇਕਿਨ ਹੁਣ ਥੋੜ੍ਹਾ ਮੁਸ਼ਕਿਲ ਦਾ ਕੰਮ ਹੈ ਜੀ ਉਦੋਂ ਬਹੁਤ ਆਸਾਨ ਕੰਮ ਸੀਗਾ ਅਨਵਰ ਮਸੀਹ ਦੀ ਕੈਪੈਸਿਟੀ ਨਹੀਂ ਹੈ ਨਾ ਕਿ 197 ਕਿਲੋ ਹੈਰੋਇਨ ਜਾਂ ਹੈਰੋਇਨ ਵਰਗਾ ਕੋਈ ਮਤਲਬ ਪਦਾਰਥ ਹੈ ਨਸ਼ੀਲਾ ਪਦਾਰਥ ਉਹ ਲੈ ਕੇ ਆਵੇ ਅਨਵਰ ਮਸੀਹ ਠੀਕ ਹੈ ਉਹ ਇੱਕ ਛੋਟੇ ਲੈਵਲ ਦਾ ਲੀਡਰ ਹੁੰਦਾ ਸੀ ਕਿਸੇ ਪਾਰਟੀ ਦਾ ਲੇਕਿਨ ਗਲਤ ਇਹ ਹੈ ਕਿ ਉਹਦੀ ਇੰਨੀ ਕੈਪੈਸਿਟੀ ਨਹੀਂ ਸੀ ਕਿ ਉਹ ਕਰ ਲਵੇ ਕੋਈ ਨਾ ਕੋਈ ਵੱਡਾ ਮਗਰਮੱਛ ਉਹਦੇ ਮਗਰ ਹੋਊਗਾ ਨਾ ਜੀ ਤਾਂ ਇਸ ਕਰਕੇ ਮੈਂ ਕਿਹਾ ਸੀ ਕਿ ਵੱਡੇ ਮਗਰਮੱਛ ਉਹ ਜੋ ਜੇਲ੍ਹ ਦੇ ਵਿੱਚ ਸੀਗਾ ਉਹਦੇ ਨਾਲ ਪੁੱਛਗਿੱਛ ਤਾਂ ਹੋਣੀ ਚਾਹੀਦੀ ਹੈ ਮੈਂ ਇਹ ਵੀ ਕਿਹਾ ਸੀ ਕਿ ਉਹਦਾ ਦੋਸ਼ ਹੈ ਕਿ ਨਹੀਂ ਹੈ ਇਹ ਕਲੀਅਰ ਹੋ ਜਾਣਾ ਚਾਹੀਦਾ ਹੈ ਕਾਰਨ ਕਿ ਬਹੁਤ ਕੋਸ਼ਿਸ਼ ਹੋਈ ਸੀ ਉਦੋਂ ਵੀ ਮੈਂ ਹਰ ਚੀਜ਼ ਅਸੈਂਬਲੀ ਦੇ ਵਿੱਚ ਕਹਿ ਦਿੱਤੀ ਸੀ ਤੁਸੀਂ ਦੁਬਾਰਾ ਤੁਸੀਂ ਦੇਖ ਸਕਦੇ ਹੋ ਤਾਂ ਗਲਤ ਇਹ ਹੈ ਕਿ ਇੰਟੈਂਸ਼ਨ ਹੋਣਾ ਚਾਹੀਦਾ ਹੈ ਜੀ ਇੰਟੈਂਸ਼ਨ ਇਹ ਹੋਣਾ ਚਾਹੀਦਾ ਹੈ ਕਿ ਬੰਦਾ ਛੋਟਾ ਹੈ ਬੰਦਾ ਵੱਡਾ ਹੈ ਠੀਕ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਜੋ ਡਰੱਗਸ ਦਾ ਕਾਰੋਬਾਰ ਕਰ ਰਿਹਾ ਹੈ ਉਹ ਹਰ ਆਦਮੀ ਬਰਾਬਰ ਹੈ ਉਹਦਾ ਉਹ ਸਟੇਟਸ ਨਹੀਂ ਦੇਖਣਾ ਚਾਹੀਦਾ ਹੈ ਕਿ ਇਹ ਵੱਡਾ ਆਦਮੀ ਹੈ ਜੀ 200 ਗਨਮੈਨ ਮਿਲੇ ਨੇ ਉਹਨਾਂ ਲੋਕਾਂ ਨੂੰ ਤਾਂ ਇੱਕ ਵੀ ਗਨਮੈਨ ਨਹੀਂ ਮਿਲਣਾ ਚਾਹੀਦਾ ਹੈ ਜੀ ਤੁਸੀਂ ਇਹ ਦੇਖ ਚੁੱਕੇ ਹੋ ਦੇਖੋ ਇਹ ਤਾਂ ਰਿਪੋਰਟ ਦੇ ਵਿੱਚ ਹੈ ਕਿ ਪੁਲਿਸ ਦੀ ਜਿਪਸੀ ਦੇ ਨਾਲ ਐਸਕੋਰਟ ਕਰਕੇ ਡਰੱਗਸ ਪਾਰ ਕਰਾਇਆ ਜਾ ਰਿਹਾ ਹੈ ਅੱਛਾ ਜਿਹੜੀ ਤੁਸੀਂ ਰਿਪੋਰਟ ਮੈਂ ਮੇਰੀ ਰਿਪੋਰਟ ਨਹੀਂ ਦੂਸਰੀ ਰਿਪੋਰਟ ਜਿਹੜੀ ਖੁੱਲ੍ਹ ਚੁੱਕੀ ਹੈ ਜਿਹਦੇ 'ਤੇ ਕਾਰਵਾਈ ਹੋਈ ਖੁੱਲ੍ਹ ਚੁੱਕੀ ਹੈ ਉਹਦੇ ਵਿੱਚ ਦੇਖੋ ਜੇਕਰ ਮੰਨ ਲਓ ਪੁਲਿਸ ਦਾ ਐਸਕੋਰਟ ਲੱਗ ਰਿਹਾ ਹੈ ਅਤੇ ਸੰਭੂ ਬਾਰਡਰ ਪਾਰ ਕਰਾਇਆ ਜਾ ਰਿਹਾ ਹੈ ਜਾਂ ਉਧਰੋਂ ਸਮਾਨ ਆ ਰਿਹਾ ਹੈ ਤਾਂ ਇਹ ਸਾਰਾ ਕੁਛ ਤੁਸੀਂ ਦੇਖੋਗੇ ਕਿ ਇਹਨਾਂ ਲੋਕਾਂ ਨੂੰ ਜੋ ਸਿਕਿਉਰਿਟੀ ਦਿੱਤੀ ਜਾਂਦੀ ਹੈ ਉਹ ਸਿਕਿਉਰਿਟੀ ਦਾ ਵੀ ਮਿਸਯੂਜ਼ ਹੁੰਦਾ ਹੈ ਸਿਕਿਉਰਿਟੀ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਹੈ ਕਿ ਹਾਂ VIP ਜਾ ਰਹੇ ਨੇ ਉਹਨਾਂ ਦੀ ਗੱਡੀ ਦੇ ਵਿੱਚ ਕੀ ਚੀਜ਼ ਹੈ ਠੀਕ ਹੈ ਕਿ ਨਹੀਂ ਤਾਂ ਉਹ ਹਰ ਚੀਜ਼ ਹੈ ਉਹਦੇ ਵਿੱਚ ਹਰ ਚੀਜ਼ ਹੈ ਤਾਂ ਇਹ ਵੀ ਗੱਲ ਠੀਕ ਹੈ ਕਿ ਇੰਨਾ ਸਮਾਂ ਨਹੀਂ ਲੱਗਣਾ ਚਾਹੀਦਾ ਹੈ ਕਿ ਜੋ ਤੁਸੀਂ ਗੱਲ ਕਰ ਰਹੇ ਸੀਗੇ ਇਹ ਸਾਰਾ ਕੰਮ ਮਤਲਬ ਕੁਇਕਲੀ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਕਿਉਂਕਿ ਤੁਸੀਂ ਪਹਿਲਾਂ ਵੀ ਗੱਲ ਕੀਤੀ ਆਪਾਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਗੱਲ ਕੀਤੀ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਉਹ ਹਰ ਪਾਸੇ ਲਾਗੂ ਹੁੰਦਾ ਹੈ ਲੇਕਿਨ ਮੈਂ ਉਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ ਮੇਰਾ ਸਿਰਫ ਇਹ ਕਹਿਣਾ ਹੈ ਕਿ ਅੱਜ ਵੀ ਜੇਕਰ ਸੀਰੀਅਸਲੀ ਅਤੇ ਸਿਨਸੀਅਰਲੀ ਕੰਮ ਕੀਤਾ ਜਾਵੇ ਔਰ ਤਿੰਨ ਰਿਪੋਰਟਾਂ ਦੇ ਵਿੱਚ ਜੋ ਕੁਛ ਹੈ ਉਹ ਤਾਂ ਹੈ ਹੀ ਰਿਪੋਰਟ ਕੋਈ ਵੀ ਹੋਵੇ ਭਾਵੇਂ STF ਦੀ ਰਿਪੋਰਟ ਹੈ ਜਾਂ ਹੋਰ ਵੀ ਕੋਈ ਰਿਪੋਰਟ ਹੈ ਹਰੇਕ ਦੇ ਉੱਤੇ ਜਾਂ ਨਵੀਂ ਮਤਲਬ ਹੋਰ ਵੀ ਤਾਂ ਦੇਖੋ ਉਹ 2018 ਤੋਂ ਬਾਅਦ ਵੀ ਤਾਂ ਕਾਫੀ ਡਰੱਗਸ ਦਾ ਕਾਰੋਬਾਰ ਚੱਲਦਾ ਰਿਹਾ ਹੈ ਅਤੇ STF ਬਣਾਈ ਗਈ ਹਾਲਾਂਕਿ ਚਲੋ STF ਪਹਿਲਾਂ ਵੀ ਸੀਗੀ ਨਾਮ ਹੀ ਬਦਲਿਆ ਜਾਂਦਾ ਹੈ ਤਾਂ STF ਬਣਾ ਦਿੱਤੀ ਗਈ ਤਾਂ ਚਲੋ ਜੋ ਕੁਛ ਵੀ ਹੋਇਆ ਮਤਲਬ ਇੱਕ ਓਨੈਸਟ ਪ੍ਰਯਾਸ ਹੋਣਾ ਚਾਹੀਦਾ ਹੈ ਜੀ ਮੈਂ ਨਹੀਂ ਕਹਿੰਦਾ ਕਿ 100% ਡਰੱਗਸ ਖਤਮ ਹੋ ਜਾਏਗਾ 100% ਕ੍ਰਾਈਮ ਖਤਮ ਹੋ ਜਾਏਗਾ ਇਹ ਰਾਜਾ ਰਾਮਚੰਦਰ ਦੇ ਟਾਈਮ ਵੀ ਕ੍ਰਾਈਮ ਹੁੰਦਾ ਸੀ ਹਰ ਚੀਜ਼ ਹੁੰਦਾ ਸੀ ਲੇਕਿਨ ਡੋਮੀਨੈਂਸ ਦੇਖੋ ਪੁਲਿਸ ਦਾ ਹੋਣਾ ਚਾਹੀਦਾ ਹੈ ਡੋਮੀਨੈਂਸ ਸਰਕਾਰ ਦਾ ਹੋਣਾ ਚਾਹੀਦਾ ਹੈ 2-4% ਤਾਂ ਦੇਖੋ ਲੁਕਾ ਛਿੱਪੀ ਦਾ ਖੇਲ ਚੱਲਦੇ ਰਹਿੰਦਾ ਹੈ ਲੇਕਿਨ ਆਜ ਦੇਖੋ ਪੰਜਾਬ ਦੀ ਆਵਾਮ ਦੇ ਬਾਰੇ ਤੁਸੀਂ ਸੋਚੋ ਕੋਈ ਵੀ ਵਿਅਕਤੀ ਆਪਣੇ ਬੱਚੇ ਨੂੰ ਪੰਜਾਬ ਦੇ ਵਿੱਚ ਰੱਖ ਕੇ ਰਾਜੀ ਨਹੀਂ ਤੁਸੀਂ ਰਣਜੀਤ ਐਵਨਿਊ ਚਲੇ ਜਾਓ ਅੰਮ੍ਰਿਤਸਰ ਦੇ ਵਿੱਚ ਪਾਸਪੋਰਟ ਦਫ਼ਤਰ ਉੱਥੇ ਲਾਈਨ ਦੇਖੋ ਤੁਸੀਂ ਜੇਕਰ 100 ਵਿਅਕਤੀ ਲਾਈਨ ਦੇ ਵਿੱਚ ਹੁੰਦੇ ਨੇ ਤਾਂ ਉਹਦੇ ਵਿੱਚ 90 ਵਿਅਕਤੀ ਕਹਿਣਗੇ ਜੀ ਬਾਹਰ ਚਲੇ ਜਾਣਾ ਹੈ ਜੀ
ਪਰ ਤੁਹਾਡੀ ਸਰਕਾਰ ਕਹਿੰਦੀ 10 ਵਿਅਕਤੀ, ਮੇਰੀ ਗੱਲ ਸੁਣੋ, 10 ਵਿਅਕਤੀ ਇਹ ਜ਼ਰੂਰ ਕਹਿਣਗੇ ਕਿ ਚਲੋ ਜੀ ਅਸੀਂ ਪਾਸਪੋਰਟ ਵੈਸੇ ਬਣਵਾ ਲੈ ਰਹੇ ਹਾਂ, ਮਤਲਬ ਟੂਰਿਸਟ ਵੀਜ਼ਾ ਜਾਂ ਕੁਛ ਹੋਰ ਘੁੰਮਣ ਫਿਰਨ ਵਾਸਤੇ ਜਾਣਾ ਹੈ ਜਾਂ ਐਸੇ ਮਤਲਬ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਜਾਣਾ ਹੈ, ਲੇਕਿਨ 90% ਤੁਸੀਂ ਦੇਖੋ, ਤੁਸੀਂ ਜਾ ਕੇ ਦੇਖੋ, ਉੱਥੇ ਲੋਕਾਂ ਨੂੰ ਪੁੱਛ ਲਓ, 90% ਲੋਕ ਕੇ ਬਾਹਰ ਚਲੇ ਜਾਣਾ ਹੈ। ਮੈਂ ਅੱਜ ਦੀ ਹੀ ਗੱਲ ਨਹੀਂ ਕਰ ਰਿਹਾ, 5 ਸਾਲ ਪਹਿਲਾਂ ਵੀ, 10 ਸਾਲ ਪਹਿਲਾਂ ਵੀ, ਅਤੇ ਹੌਲੀ 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 ਦੇਖੋ ਇਹ ਰਫਤਾਰ ਮਤਲਬ ਫਾਸਟ ਹੁੰਦੀ ਜਾ ਰਹੀ ਹੈ, ਇਹਦੇ ਵਿੱਚ ਤੇਜ਼ੀ ਆ ਰਹੀ ਹੈ। ਲੋਕਾਂ ਦਾ ਇਹ ਕਹਿਣਾ ਹੈ, ਤੁਸੀਂ ਰਣਜੀਤ ਐਵਨਿਊ ਲੋਕੈਲਿਟੀ ਦੀ ਮੈਂ ਗੱਲ ਕਰਦਾ ਹਾਂ, ਗ੍ਰੀਨ ਐਵਨਿਊ ਲੋਕੈਲਿਟੀ, ਸਾਰੇ ਪਾਸੇ ਹੀ ਤੁਸੀਂ ਦੇਖੋ, ਨਹੀਂ ਇੱਥੇ ਤੁਸੀਂ ਦੇਖੋਗੇ ਕੇਵਲ ਬਜ਼ੁਰਗ ਹੀ ਘਰਾਂ ਦੇ ਵਿੱਚ ਰਹਿ ਗਏ ਨੇ ਜੀ। ਉਹ ਸਾਨੂੰ ਇਲੈਕਸ਼ਨ ਦੇ ਟਾਈਮ ਪਤਾ ਲੱਗਿਆ ਨਾ ਜੀ, ਜਦੋਂ ਅਸੀਂ ਕੈਂਪੇਨਿੰਗ ਵਾਸਤੇ ਜਾਂਦੇ ਸੀ, ਜਦੋਂ ਇਲੈਕਸ਼ਨ ਹੋ ਗਿਆ, ਅਸੀਂ ਕਿ ਵੋਟਰ ਲਿਸਟ ਦੇ ਵਿੱਚ ਨਾਮ ਬਹੁਤ ਜ਼ਿਆਦਾ ਹੈ ਅਤੇ ਬੰਦੇ ਤਾਂ ਥੋੜ੍ਹੇ ਮੌਜੂਦ ਨੇ ਜੀ, ਠੀਕ ਹੈ ਕਿ ਨਹੀਂ, ਤਾਂ ਪਤਾ ਲੱਗਦਾ ਹੈ ਕਿ ਨਹੀਂ ਇਹ ਤਾਂ ਬਾਹਰ ਚਲੇ ਗਏ ਨੇ। ਅਤੇ ਇਹ ਸਾਰਾ ਸਿਸਟਮ ਤੁਸੀਂ ਦੇਖੋਗੇ, ਪੰਜਾਬ ਨੂੰ ਬਚਾਉਣਾ ਜ਼ਰੂਰੀ ਹੈ। ਪੰਜਾਬ ਸਟੇਟ ਜੋ ਹੈ ਨਾ, ਇੰਡੀਆ ਦਾ ਸਿਰਮੌਰ ਹੈ। ਮੈਂ ਬਾਰ ਬਾਰ ਦੁਹਰਾਉਂਦਾ ਹਾਂ ਇੱਕ ਚੀਜ਼ ਨੂੰ ਕਿ ਜਦੋਂ ਰਾਸ਼ਟਰਗਾਨ ਬਣਾਇਆ ਗਿਆ ਸੀ, ਨੈਸ਼ਨਲ ਐਂਥਮ, ਤਾਂ ਪੰਜਾਬ ਨੂੰ ਹੀ ਸਭ ਤੋਂ ਪਹਿਲਾਂ ਰੱਖਿਆ ਗਿਆ ਸੀ। ਰਵਿੰਦਰਨਾਥ ਟੈਗੋਰ ਜੀ ਚਾਹੁੰਦੇ ਤਾਂ ਬੰਗਾਲ, ਸਿੰਧੂ, ਗੁਜਰਾਤ, ਮਰਾਠਾ ਵੀ ਬੋਲ ਸਕਦੇ ਸੀ, ਲਿਖ ਸਕਦੇ ਸੀ, ਉਹ ਬੰਗਾਲ ਦੇ ਰਹਿਣ ਵਾਲੇ ਸੀਗੇ, ਲੇਕਿਨ ਉਹਨਾਂ ਨੇ ਪੰਜਾਬ, ਸਿੰਧੂ, ਗੁਜਰਾਤ, ਮਰਾਠਾ ਹੀ ਬੋਲਿਆ ਜੀ, ਪੰਜਾਬ, ਸਿੰਧੂ, ਗੁਜਰਾਤ, ਮਰਾਠਾ। ਤਾਂ ਸਾਡੇ ਰਾਸ਼ਟਰਗਾਨ ਦੇ ਵਿੱਚ ਵੀ ਪੰਜਾਬ ਨੂੰ ਸੀਰਮੌਰ ਸਥਾਨ ਦਿੱਤਾ ਗਿਆ ਹੈ, ਤਾਂ ਅਸੀਂ ਸੀਰਮੌਰ ਹੀ ਰਹਿਣਾ ਚਾਹੀਦਾ ਹੈ। ਅਤੇ ਅਸੀਂ ਇਹ ਨਹੀਂ ਕਰਨਾ ਚਾਹੀਦਾ ਹੈ ਕਿ ਜਿਸ ਦੇ ਨਾਲ ਮਤਲਬ ਉਸ ਸਾਖ ਨੂੰ, ਜੋ ਪੰਜਾਬ ਦੀ ਸਾਖ ਹੈ, ਪੰਜਾਬ ਦੀ ਇਮੇਜ ਹੈ, ਉਹਦੇ ਵਿੱਚ ਕੋਈ ਗਿਰਾਵਟ ਆਵੇ, ਇਸ ਤਰੀਕੇ ਦਾ ਕੰਮ ਨਹੀਂ ਕਰਨਾ ਚਾਹੀਦਾ ਹੈ। ਭਾਵੇਂ ਉਹ ਕੋਈ ਅਫਸਰ ਹੈ ਜਾਂ ਕੋਈ ਸੋਸਾਇਟੀ ਦਾ ਮੈਂਬਰ ਹੈ ਜਾਂ ਕੋਈ ਉਹ ਪੋਲੀਟੀਸ਼ੀਅਨ ਹੈ ਜੀ, ਸਾਰਿਆਂ ਨੂੰ ਇਹੀ ਕੋਸ਼ਿਸ਼ ਕਰਨਾ ਚਾਹੀਦਾ ਹੈ ਕਿ ਪੰਜਾਬ ਦੀ ਸਾਨੋ ਸੌਕਤ ਦੇ ਵਿੱਚ ਰੋਜ਼ਾਨਾ ਤੌਰ 'ਤੇ ਇਜ਼ਾਫਾ ਹੋਵੇ। ਹੁਣ ਪੰਜਾਬ ਨੂੰ ਬਚਾਈਏ ਕਿਵੇਂ? ਪੰਜਾਬ ਦੇ ਲੋਕਾਂ ਨੇ ਤਾਂ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਬਚਾਉਣ ਦੀ। ਚਲੋ ਠੀਕ ਹੈ, ਅਸੀਂ ਕੰਮ ਕਰ ਰਹੇ ਹਾਂ ਜੀ, ਅਸੀਂ ਕੰਮ ਕਰ ਰਹੇ ਹਾਂ। ਦੇਖੋ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ ਅਸੀਂ ਆਪਣਾ ਕੰਮ ਬਖੂਬੀ ਕਰ ਰਹੇ ਹਾਂ। ਜੋ ਜ਼ਿੰਮੇਵਾਰੀ ਜਨਤਾ ਸਾਨੂੰ ਦੇ ਰਹੀ ਹੈ, ਜੋ ਜ਼ਿੰਮੇਵਾਰੀ ਸਾਨੂੰ ਪਾਰਟੀ ਦੇ ਰਹੀ ਹੈ, ਤੁਸੀਂ ਮੇਰੀ ਗੱਲ ਕੀਤੀ, ਮੈਂ ਕੰਮ ਕਰੀ ਜਾ ਰਿਹਾ। ਤੁਹਾਡੇ ਕੋਲ ਤਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਆ ਰਹੇ ਆ। ਚਲੋ, ਕਰਾਉਣ ਦੇ ਲਈ ਮੈਂ ਦੇਖ ਰਿਹਾ ਸੀ ਸਵੇਰ ਤੋਂ, ਪਰ ਇੱਕ ਗੱਲ ਇਹ ਵੀ ਹੈ ਕਿ ਸਰਕਾਰ ਕਹਿੰਦੀ ਸੀ ਕਿ ਪੰਜਾਬੀ ਛੱਡੋ, ਗੋਰੇ ਵੀ ਇੱਧਰ ਆਉਣਗੇ, ਪਰ ਇਹ ਤਾਂ ਪੰਜਾਬੀ ਤੁਸੀਂ ਖੁਦ ਮੰਨ ਰਹੇ ਹੋ। ਮੈਂ ਇਹਦੇ ਬਾਰੇ ਟਿੱਪਣੀ ਨਹੀਂ ਕਰ ਸਕਦਾ ਹਾਂ, ਤੁਸੀਂ ਬਾਰ ਬਾਰ ਇਹੀ ਕਰ ਰਹੇ ਹੋ ਨਾ ਕਿ ਡਿਸਿਪਲਿਨ, ਤਾਂ ਮੈਨੂੰ ਡਿਸਿਪਲਿਨ ਦੇ ਵਿੱਚ ਆਉਣ ਦਿਓ ਇਸ ਕਰਕੇ। ਇੱਕ ਹੋਰ ਇੰਟਰਵਿਊ ਦੇ ਵਿੱਚ ਡਿਸਿਪਲਿਨ ਕੌਰ ਸਾਹਿਬ ਦਾ ਦੇਖਣ ਨੂੰ ਮਿਲਿਆ। ਇੱਕ ਹੋਰ ਵੈਸੇ ਤਾਂ ਡਿਸਿਪਲਿਨ ਦੇ ਨਾਲ ਹੀ ਜੁੜਿਆ ਸਵਾਲ ਆ, ਮੈਨੂੰ ਪਤਾ ਤੁਸੀਂ ਜਵਾਬ ਤਾਂ ਨਹੀਂ ਦਿਓਗੇ, ਪਰ ਮੈਂ ਫਿਰ ਵੀ ਹੋਰ ਤਰੀਕੇ ਨਾਲ ਪੁੱਛਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਨਹੀਂ ਪੁੱਛਾਂਗਾ ਕਿ ਉਸ ਰਿਪੋਰਟ ਦੇ ਵਿੱਚ ਲਿਖਿਆ ਕੀ ਹੈ, ਨਾ ਤੁਸੀਂ ਦੱਸਣਾ ਔਰ ਨਾ ਮੈਂ ਪੁੱਛਣਾ ਚਾਹੂੰਗਾ, ਪਰ ਇਹ ਜਿਹੜੇ ਅੰਦਾਜ਼ੇ ਲੱਗ ਰਹੇ ਆ ਕਿ ਇਹਨਾਂ ਰਿਪੋਰਟਾਂ ਖੁੱਲ੍ਹਣ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਜਿਹੜਾ ਇਹ ਤਹਿਲਕਾ ਮਚ ਸਕਦਾ ਹੈ, ਕਿ ਇਹ ਵਾਕਈ ਅੰਦਾਜ਼ਾ ਠੀਕ ਹੈ? ਨਹੀਂ, ਦੇਖੋ, ਪੰਜਾਬ ਦੇ ਵਿੱਚ ਹਮੇਸ਼ਾ ਤੋਂ ਗੰਭੀਰ ਮੁੱਦਿਆਂ 'ਤੇ ਵੀ ਸਿਆਸਤ ਹੁੰਦੀ ਆ ਰਹੀ ਹੈ ਜੀ। ਪੰਜਾਬ ਹਮੇਸ਼ਾ ਤੋਂ ਇੱਕ ਐਕਸਪੈਰੀਮੈਂਟਲ ਸਟੇਟ, ਮਤਲਬ ਤੁਸੀਂ ਦੇਖੋ, 50 ਸਾਲਾਂ ਤੋਂ ਮੈਂ ਦੇਖ ਰਿਹਾ ਜੀ, ਮੇਰੀ ਆਪਣੀ ਸਟੱਡੀ ਹੈ ਜੀ, ਠੀਕ ਹੈ ਨਾ। ਜਦੋਂ ਆਜ਼ਾਦੀ ਮਿਲ ਗਈ ਸੀ, ਉਸ ਤੋਂ ਬਾਅਦ ਤਾਂ ਚਲੋ ਹਰ ਪਾਸੇ ਸੀਗਾ ਕਿ ਹਾਂ ਜੀ ਵਧੀਆ ਕੰਮ ਕਰਨਾ ਹੈ ਕਰਨਾ ਹੈ। 50 ਸਾਲਾਂ ਤੋਂ ਵਿਸ਼ੇਸ਼ ਕਰਕੇ, ਵੈਸੇ ਹਰ ਸੂਬਿਆਂ ਦੇ ਨਾਲ ਹੁੰਦਾ ਹੈ, ਲੇਕਿਨ ਪੰਜਾਬ ਦੇ ਨਾਲ ਵਿਸ਼ੇਸ਼ ਕਰਕੇ ਜੀ ਐਕਸਪੈਰੀਮੈਂਟ ਹੁੰਦਾ ਆਇਆ ਹੈ ਜੀ, ਠੀਕ ਹੈ ਕਿ ਨਹੀਂ। ਤਾਂ ਹੀ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਫੀ ਜ਼ਿਆਦਾ ਮਤਲਬ ਸਿਸਟਮ ਖਰਾਬ ਹੋਇਆ ਜਾਂ ਮਾਹੌਲ ਖਰਾਬ ਹੋਇਆ। ਤਾਂ ਪੰਜਾਬ ਚੁੱਕੀ ਬੋਰਡਰ ਸਟੇਟ ਹੈ, ਔਰ ਪੰਜਾਬ ਦੇ ਲੋਕ ਕਾਫੀ ਸੈਂਸਿਟਿਵ ਹੁੰਦੇ ਨੇ ਜੀ, ਤਾਂ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਦੇਖੋ, ਪੰਜਾਬ ਦੇ ਨਾਲ ਕੋਈ ਐਕਸਪੈਰੀਮੈਂਟ ਨਾ ਹੋਵੇ ਜੀ, ਠੀਕ ਹੈ ਕਿ ਨਹੀਂ। ਕਿ ਪੰਜਾਬ ਜਦੋਂ ਤਰੱਕੀ ਕਰੇਗਾ, ਪੰਜਾਬ ਦੀ ਸਾਨੋ ਸੌਕਤ ਦੇ ਵਿੱਚ ਇਜ਼ਾਫਾ ਹੋਊਗਾ, ਇੰਡੀਆ ਨੇ ਵੀ ਤਰੱਕੀ ਕਰਨਾ ਹੈ, ਮੁਲਕ ਨੇ ਤਰੱਕੀ ਕਰਨਾ ਹੈ, ਸਾਡੀ ਸੋਸਾਇਟੀ ਨੇ ਤਰੱਕੀ ਕਰਨਾ ਹੈ। ਅੱਜ ਦੇਖੋ, G20 ਦਾ ਸੰਮੇਲਨ ਹੋ ਰਿਹਾ ਹੈ, ਤਾਂ ਗੌਰਮੈਂਟ ਆਫ ਇੰਡੀਆ ਵੱਲੋਂ ਸਾਰੇ ਮਤਲਬ ਸਟੇਟਾਂ ਦੇ ਵਿੱਚ ਕੋਈ ਨਾ ਕੋਈ ਮਤਲਬ ਮੀਟਿੰਗ ਕਰਾਈ ਜਾ ਰਹੀ ਹੈ, ਹੁਣ ਅੰਮ੍ਰਿਤਸਰ ਦੇ ਵਿੱਚ ਵੀ ਮੀਟਿੰਗ ਹੋ ਰਹੀ ਹੈ। ਤਾਂ ਅਸੀਂ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਹੈ ਜੀ, ਦੁਨੀਆ ਦੇ ਸਾਹਮਣੇ ਪ੍ਰੋਜੈਕਟ ਕਰਨ ਦਾ ਇੱਕ ਮੌਕਾ ਹੈ ਜੀ, ਠੀਕ ਹੈ ਕਿ ਨਹੀਂ। ਤਾਂ ਮੈਂ ਤਾਂ ਇਹੀ ਕਹਾਂਗਾ ਕਿ ਕੋਈ ਐਕਸਪੈਰੀਮੈਂਟ ਨਹੀਂ ਹੋਣਾ ਚਾਹੀਦਾ ਹੈ, ਭਾਵੇਂ ਕੋਈ ਵੀ। ਦੇਖੋ, ਹੁੰਦਾ ਕੀ ਹੈ ਕਿ ਜਦੋਂ ਅਸੀਂ ਐਕਸਪੈਰੀਮੈਂਟ ਕਰਦੇ ਹਾਂ ਨਾ, ਤਾਂ ਉਹਦੇ ਵਿੱਚ ਮਿਸਹੈਂਡਲਿੰਗ ਹੋ ਜਾਂਦੀ ਹੈ। ਤਾਂ ਕੋਈ ਐਕਸਪੈਰੀਮੈਂਟ ਕੋਈ ਵੀ ਨਾ ਕਰੇ, ਓਨੈਸਟ ਕਾਰਵਾਈ ਹੋਣੀ ਚਾਹੀਦੀ ਹੈ ਜੀ, ਕਾਰਵਾਈ ਹੋਣੀ ਚਾਹੀਦੀ ਹੈ। ਨਸ਼ਾ ਹੈ ਠਾ, ਸਾਰਿਆਂ ਨੂੰ ਪਤਾ ਹੈ, ਕੀ ਪੁਲਿਸ ਨੂੰ ਨਹੀਂ ਪਤਾ ਹੈ ਜੀ? ਲੇਕਿਨ ਪੁਲਿਸ ਨੂੰ ਪਾਵਰ ਦਿਓਗੇ ਤਾਂ ਹੀ ਨਾ ਜੀ,
पुलिस नूं पावर दोगे तो पुलिस ने सारा कुछ रख देना है, लेकिन वो 5 ग्राम 10 ग्राम वाला काम नहीं होना चाहिए है, ठीक है ना। बड़े मगरमच्छ नूं तुसी खुली छूट दे दो, अकाउंटेबिलिटी जरूर फिक्स करो अकाउंटेबिलिटी, लेकिन पुलिस ने सारा कुछ करके दे देना है। तो जिन्हां लोगों नूं लत पै गई है, हैबिट हो गया है, उन्होंने इलाज करवा दो, 1 महीने के विच ते इलाज हो जाना है जी, कोई बहुत मुश्किल का काम नहीं है। तो तीन काम 3 महीने का ही है, मैं थोड़ा ये भी कर रहा हूँ कि ड्रग्स खत्म करना है ना, तो जो तो तुम शुरू करोगे ना 3 महीने के विच काम खत्म हो जाना है। ड्रग्स नीयत तो सही होनी चाहिए, देखो ऑनेस्ट प्रयास, ठीक है कि नहीं, ईमानदारी के नाल प्रयास जो शुरू हो जाएगा ना हो जाएगा। सरकार भी काम कर रही है, देखो मैं असैम्बली के भी सीएम साहब की तारीफ की सी, असैम्बली के जो मैं ड्रग्स से बोल रहा है, क्योंकि उस तो एक दिन पहला सीएम साहब ने मीटिंग उन्होंने की सी, तो गलत यह है कि बिल्कुल पुलिस नूं तुसी अकाउंटेबल बनाओ वास्ते कि हाँ जी खत्म करना है, ठीक है खत्म हो जाएगा, वो उत्ते कंट्रोल भी रखो, सुपरविजन रखो, गाइडेंस दो, ते कोई बहुत मुश्किल का काम नहीं है। लेकिन पंजाब दे नाल जो एक्सपेरिमेंट मैं 50 सालों तो मैं वेखता आ रहा हूँ, मतलब वेखते रहे हैं 22-23 सालों तो, लेकिन स्टडी मेरी काफ़ी है पंजाब के बारे, तो वो एक्सपेरिमेंट ही होंदा है, तो पंजाब दे नाल एक्सपेरिमेंट नहीं होना चाहिए। बिल्कुल सर, तो कीमती समा दिता, थोड़ा बहुत बहुत धन्यवाद। थैंक यू। ताई सन कुंवर विजय प्रताप जी, जिन्हां दे वल्लों इन्हां ड्रग्स रिपोर्टां दे उपर काफ़ी कुछ जिहड़ा साफ कर दिता गया, साफ तौर ते जिहड़ा एक ये भी गल सीगी कि एक चौथी रिपोर्ट ते जिहड़ा साइन नहीं कीता गया, वह भी गल जिहड़ी है कुंवर साहब दे वल्लों साफ की गई है। और ड्रग्स दे बारे पंजाब दे विच ये भी उन्हां दे वल्लों कहा गया कि जेकर सही तरीके दे नाल कामकाज कर दिता जाए अज तो ही, तो 3 महीनों के जिहड़ा वो नशा पंजाब दे विचों जड़ तो खत्म किया जा सकता है। कैमरामैन गुरवीर दे नाल अमृतसर तो सुखविंदर सिद्धू।